ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਧਰਮ ਦਾ ਖੰਡਨ ਨਹੀਂ ਹੈ, ਕੇਵਲ ਪਖੰਡ ਦਾ ਖੰਡਨ ਹੈ। ਕਿਸੇ ਧਰਮ ਵਿੱਚ ਵੀ ਪਖੰਡ ਹੋਵੇ, ਤੇ ਅੱਜ ਕੱਲ੍ਹ ਇਹ ਪਖੰਡ ਈਸਾਈ ਮਤ ਵਿੱਚ ਬੜਾ ਚੱਲ ਰਿਹਾ ਹੈ, ਤੁਹਾਡੇ ਇਲਾਕੇ 'ਚ ਤੇ ਫਿਰ ਜ਼ਿਆਦਾ ਹੀ ਹੈ। ਮੈਂ ਦੋਵੇਂ ਪਾਸੇ ਤੁਹਾਡੇ ਸਾਹਮਣੇ ਰੱਖ ਦੇਣੇ ਨੇ, ਈਸਾਈ ਧਰਮ ਤੇ ਸਿੱਖ ਧਰਮ। ਫੈਸਲਾ ਤੁਸੀਂ ਕਰਨਾ ਵੀ ਕਿੱਧਰ ਨੂੰ ਜਾਣਾ। ਮੇਰੀ ਆਦਤ ਨਹੀਂ ਹੈ ਵੀ ਮੈਂ ਰੱਸੀ ਪਾ ਕੇ ਖਿੱਚਦਾ ਫਿਰਾਂ ਤੁਹਾਨੂੰ ਵੀ ਇੱਧਰ ਆ ਜਾਓ ਇੱਧਰ ਆ ਜਾਓ। ਗੁਰੂ ਨਾਨਕ ਦੀ ਸਿੱਖੀ ਭਾਗਾਂ ਨਾਲ ਮਿਲਦੀ ਹੈ, ਤੇ ਜਿਹਦੇ ਚੰਗੇ ਭਾਗ ਹੈ ਉਹਦੇ ਵਿਹੜੇ ਵਿੱਚ ਹੀ ਸਿੱਖੀ ਦਾ ਬੂਟਾ ਰਹਿੰਦਾ ਹੈ, ਤੇ ਜਿਹਦੇ ਮੰਦੇ ਭਾਗ ਨੇ ਨਾ ਉਹ ਸਿੱਖੀ ਨੂੰ ਪਿੱਠ ਨਹੀਂ ਦਿੰਦਾ, ਉਹਨੂੰ ਸਿੱਖੀ ਪਿੱਠ ਦੇ ਜਾਂਦੀ ਹੈ। ਤੁਹਾਨੂੰ ਭੁਲੇਖਾ ਹੈ ਵੀ ਸਿੱਖੀ ਛੱਡ ਕੇ ਚਲੇ ਗਏ, ਨਹੀਂ, ਸਿੱਖੀ ਨੇ ਛੱਡਿਆ ਇਹਨਾਂ ਲੋਕਾਂ ਨੂੰ ਜਿਹੜੇ ਮਾਇਆ ਤੇ ਡਿੱਗ ਪੈਂਦੇ ਨੇ। ਰੋਗ ਤੇ ਸੋਗਾਂ ਵਿੱਚ ਬੰਦਾ ਦੁਖੀ ਹੈ, ਕਹਿੰਦੇ ਜੀ ਉਹ ਈਸਾਈ ਮਤ ਦੇ ਲੋਕ ਕਹਿੰਦੇ ਨੇ ਆਓ ਸਾਡੀ ਸਭਾ 'ਚ ਬਾਹਾਂ ਖੜੀਆਂ ਕਰੋ, ਜਿਨ੍ਹਾਂ ਦੇ ਪੱਥਰੀਆਂ ਨੇ, ਜਿਨ੍ਹਾਂ ਨੂੰ ਕੈਂਸਰ ਹੈ, ਆ ਰੋਗ ਨੇ, ਜੀਸਸ ਦੇ ਨਾਂ ਤੇ ਜਾਓ, ਤੁਹਾਡੀ ਅੱਜ ਹੀ ਕੈਂਸਰ ਖਤਮ, ਪੱਥਰੀਆਂ ਖਤਮ। ਇਹ ਵੱਡਾ ਪਖੰਡ ਹੈ। ਮੈਂ ਜੀਸਸ ਕ੍ਰਾਈਸਟ ਤੇ ਤਰਕ ਨਹੀਂ ਕਰਦਾ, ਉਹ ਮਹਾਂਪੁਰਸ਼ ਹੈ ਤੇ ਮਹਾਂਪੁਰਸ਼ਾਂ ਕੋਲ ਕਰਾਮਾਤ ਹੁੰਦੀ ਹੈ, ਉਹ ਕਿਸੇ ਵੀ ਧਰਮ ਦੇ ਹੋਣ। ਬਾਣੀ ਕਹਿੰਦੀ ਹੈ ਅਸ਼ਟ ਸਿੱਧ ਨਾਵਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹੇ। ਰਿਧੀਆਂ ਸਿੱਧੀਆਂ ਮਿਰੈਕਲਸ ਸੁਪਰਨੈਚੁਰਲ ਪਾਵਰਸ ਇਹ ਹੈਨ ਮਹਾਂਪੁਰਸ਼ਾਂ ਦੇ ਕੋਲ, ਔਰ ਜਿਹੜਾ ਧਿਆਉਂਦਾ ਹੈ ਸੱਚੇ ਮਨੋ ਰੱਬ ਨੂੰ ਉਹਦੇ ਰੋਗ ਹਟ ਜਾਂਦੇ ਨੇ, ਕੋਈ ਦੋ ਰਾਇ ਨਹੀਂ। ਪਰ ਮੈਂ ਦਾਵਾ ਨਹੀਂ ਕਰ ਸਕਦਾ ਇੱਥੇ ਗੁਰੂ ਦੀ ਹਜ਼ੂਰੀ 'ਚ ਜਿੰਨੇ ਆਏ ਉਹ ਬਾਹਾਂ ਲਾਰੋ, ਜਿੰਨਿਆਂ ਦੇ ਪੱਥਰੀਆਂ ਨੇ ਮੈਂ ਹੁਣੇ ਆਖਣ ਲੱਗਾ ਹੈ ਸਾਰਿਆਂ ਦੀਆਂ ਪੱਥਰੀਆਂ ਨਿਕਲ ਜਾਂਦੇ। ਇਹ ਵੱਡਾ ਪਖੰਡ ਹੈ। ਰੋਗ ਉਹਨਾਂ ਦੇ ਮਿਟਣੇ ਨੇ ਜਿਨ੍ਹਾਂ ਅੰਦਰ ਧਰਮ ਪ੍ਰਤੀ ਪਰਮੇਸ਼ਰ ਪ੍ਰਤੀ ਭਾਵਨਾ ਹੈ ਤੇ ਜਿਹੜੇ ਨਾਮ ਜਪਦੇ ਨੇ। ਤੁਸੀਂ ਕਿੰਨੀਆਂ ਰੋਜ਼ ਦੀ ਰੋਜ਼ ਵੀਡੀਓ ਵੇਖਦੇ ਹੋ, ਹਰਿਮੰਦਰ ਸਾਹਿਬ ਚੁੱਭੀ ਲਾ ਕੇ ਕੋਈ ਕਹਿੰਦਾ ਮੇਰਾ ਕੈਂਸਰ ਹਟ ਗਿਆ, ਰੋਗ ਸੋਗ ਹਟ ਗਏ। ਸਾਰਿਆਂ ਦੇ ਨਹੀਂ ਹਟੇ ਜਿਹਦੀ ਭਾਵਨਾ ਹੈ। ਤੋ ਇਹ ਦਾਵਾ ਗਲਤ ਹੈ ਪਾਸਟਰਾਂ ਦਾ ਵੀ ਸਾਰਿਆਂ ਦੇ ਰੋਗ ਹਟਾ ਦਾਂਗੇ ਇੱਥੇ ਆ ਜਾਓ। ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਜੋ ਈਸਾਈ ਮਤ ਦਾ ਸਭ ਤੋਂ ਵੱਡਾ ਇਸ ਵੇਲੇ ਆਗੂ ਹੈ ਪੋਪ ਇਟਲੀ 'ਚ ਹੈ ਨਾ, ਉਹ ਵੀਲ ਚੇਅਰ 'ਤੇ ਹੈ, ਕਰੋ ਖਾਂ ਉਹਦੇ ਗੋਡੇ ਸਿੱਧੇ, ਨਹੀਂ ਹੋਏ। ਸੋ ਗੱਲ ਇਹ ਹੈ ਭਾਵਨਾ ਹੈ ਤੇ ਦੂਰ ਦਰੇਡੇ ਵੀ ਤੂੰ ਹਰਿਮੰਦਰ ਸਾਹਿਬ ਤੋਂ ਰਹਿਣਾ ਹੈ, ਇਸ਼ਨਾਨ ਕਰ ਜਾਈਂ, ਬਾਣੀ ਸੁਣ ਜਾਈਂ, ਪੜ੍ਹ ਜਾਈਂ ਤੇ ਤੇਰੇ ਰੋਗ ਸੁੱਗ ਹਟਣਗੇ। ਭਾਵਨਾ ਨਹੀਂ ਤੇ ਕਈ ਉੱਥੇ ਰੋਜ਼ ਸੇਵਾ ਕਰਨ ਵਾਲਿਆਂ ਨੂੰ ਵੀ ਰੋਗਾਂ ਨੇ ਜਕੜਿਆ ਹੋਇਆ ਹੈ। ਤੋ ਇਹ ਗੱਲ ਭਾਵਨਾ ਤੇ ਸ਼ਰਧਾ ਤੇ ਟਿੱਕੀ ਹੁੰਦੀ ਹੈ। ਯਾਦ ਰੱਖਿਓ ਗੁਰੂ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ, ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿਮੰਡ। ਗੁਰੂ ਨਾਨਕ ਗੁਰੂ ਰਾਮਦਾਸ ਵਰਗਾ ਕੋਈ ਰਹਿਬਰ ਨਹੀਂ, ਕੋਈ ਪੀਰ ਫਕੀਰ ਨਹੀਂ, ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਪਥ, ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲੱਥ,
ਇੱਥੇ ਸ਼ਰਤ ਹੈ, ਜਿਹੜਾ ਗੁਰੂ ਪਰਮੇਸ਼ਰ ਦਾ ਨਾਮ ਜਪੇਗਾ, ਸੇਵਾ ਕਰੇਗਾ, ਦੁੱਖ ਉਹਦੇ ਦੂਰ ਹੋਣੇ ਨੇ, ਗੱਲਾਂ ਨਾਲ ਦੂਰ ਨਹੀਂ ਹੋਣੇ ਦੁੱਖ। ਤੇ ਹੁਣ ਆਪਾਂ ਤਾਕਤ ਹੀ ਵੇਖ ਲੈਂਦੇ ਹਾਂ ਕਿਹੜੇ ਮਹਾਂਪੁਰਸ਼ ਵਿੱਚ ਕਿੰਨੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਉਂ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ? ਕਿੰਨੇ ਸ਼ਹੀਦ ਨੇ? ਹਰੇਕ ਨੂੰ ਨਹੀਂ ਕਿਹਾ ਗਿਆ ਵੀ ਇਹ ਸਰਤਾਜ ਹੈ। ਮੈਂ ਦੱਸਦਾ ਕਿਉਂ ਕਿਹਾ ਗਿਆ। ਜੀਸਸ ਕ੍ਰਾਈਸਟ ਵੀ ਸ਼ਹੀਦ ਨੇ, ਸ਼ਹੀਦਾਂ ਦੇ ਸਰਤਾਜ ਨਹੀਂ ਕਿਹਾ ਜਾਂਦਾ ਉਹਨਾਂ ਨੂੰ। ਇਹ ਫੈਸਲਾ ਤੁਸੀਂ ਕਰਨਾ ਹੈ, ਅਜ਼ਮਤ ਕਿੱਥੇ ਵੱਧਦਾ ਹੈ। ਔਰ ਮੈਂ ਕੋਈ ਕੋਲੋਂ ਸਾਖੀ ਨਹੀਂ ਸੁਣਾਉਣੀ ਜੀਸਸ ਕ੍ਰਾਈਸਟ ਦੀ, ਜੋ ਬਾਈਬਲ ਵਿੱਚ ਲਿਖਿਆ ਉਹੀ ਦੱਸਾਂਗਾ, ਤੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਬਾਰੇ ਲਿਖਿਆ ਉਹੀ ਦੱਸਾਂਗਾ। ਮੈਂ ਬਾਈਬਲ ਪੜ੍ਹੀ ਹੈ, ਜਿੱਥੇ ਮਰਜ਼ੀ ਕੋਈ ਇਹਨਾਂ ਦਾ ਪਾਦਰੀ ਚਰਚਾ ਕਰ ਸਕਦਾ, ਖੁੱਲ੍ਹਾ ਸੱਦਾ, ਪਰ ਚਰਚਾ ਉਹ ਕਰੇ ਜਿਹਨੇ ਧਿਆਨ ਨਾਲ ਪੜ੍ਹੀ ਹੈ। ਜਦੋਂ ਨਿਊ ਟੈਸਟਾਮੈਂਟ ਪੜ੍ਹਦੇ ਹਾਂ ਨਾ, ਸਲੀਪ ਦੇ ਉੱਤੇ ਮਹਾਂਪੁਰਸ਼ ਜੀਸੂ ਮਸੀਹ ਨੂੰ ਚੜਾਇਆ ਜਾਂਦਾ ਹੈ। ਅੰਗਰੇਜ਼ੀ ਦੇ ਬੋਲ ਨੇ, ਮੈਂ ਫਿਰ ਅਰਥ ਕਰ ਦਿੰਦਾ। ਔਨ ਦਾ ਮਾਊਂਟ ਆਫ ਓਲਿਵਸ ਜੀਸਸ ਮੈਲਟ ਐਂਡ ਪ੍ਰੇਡ ਟੂ ਗੋਡ। ਜੀਸਸ ਕ੍ਰਾਈਸਟ ਜਦੋਂ ਸੂਲੀ ਤੇ ਸਲੀਬ ਤੇ ਟੰਗੇ ਸਨ, ਬੜੇ ਬੜੇ ਕਿੱਲ ਜ਼ਾਲਮਾਂ ਨੇ ਉਹਨਾਂ ਦੇ ਸਰੀਰ ਵਿੱਚ ਖਬੋ ਕੇ ਟੰਗਿਆ ਹੋਇਆ ਸੀ, ਤੇ ਅੱਖਾਂ ਭਰੀਆਂ ਵਹਿ ਆ ਕੇ ਅਕਾਲ ਪੁਰਖ ਨੂੰ, ਖੁਦਾ ਨੂੰ, ਲੋਰਡ ਨੂੰ, ਰੱਬ ਨੂੰ ਕਹਿੰਦੇ, ਪਲੀਜ਼ ਟੇਕ ਦਿਸ ਕੱਪ ਆਫ ਸਫਰਿੰਗ ਅਵੇ ਫਰੋਮ ਮੀ, ਯੈਟ ਆਈ ਵਾਂਟ ਯੋਰ ਵਿਲ ਨੋਟ ਮਾਈਨ। ਓ ਪਰਮਾਤਮਾ, ਮੈਂ ਤੇਰੇ ਹੁਕਮ ਵਿੱਚ ਚੱਲਿਆ, ਮੈਂ ਤੇਰੇ ਨਾਲ ਲੋਕਾਈ ਨੂੰ ਜੋੜਿਆ, ਤੇਰਾ ਨਾਮ ਜਪਾਇਆ, ਮੇਰੇ ਭਾਗਾਂ ਵਿੱਚ ਦੁੱਖ ਆ ਗਿਆ, ਆ ਪੀੜ ਦਾ ਪਿਆਲਾ ਮੇਥੋਂ ਨਹੀਂ ਚੱਲਿਆ ਜਾ ਰਿਹਾ, ਇਹ ਦਰਦ ਨਿਵਾਰ ਦੇ ਮੇਰਾ। ਦਰਦ ਹੋਇਆ ਹੈ ਜੀਸਸ ਕ੍ਰਾਈਸਟ ਨੂੰ। ਹੁਣ ਤੈਨੂੰ ਦੱਸਾਂ ਸ਼ਹੀਦਾਂ ਦੇ ਸਰਤਾਜ ਦੀ ਕਰਾਮਾਤ। ਮੁਰਤਜ਼ਾ ਖਾਨ ਦੇ ਹੱਥੀ ਗ੍ਰਿਫਤਾਰ ਕਰਵਾ ਦਿੱਤਾ ਭਾਰਤ ਦੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ। ਹੁਕਮ ਹੋਇਆ ਸਿਆਸਤ ਅਤੇ ਯਾਸਾ ਦੇ ਤਹਿਤ ਇਹਦਾ ਲਹੂ ਸਾੜ ਕੇ ਇਹਦਾ ਕਤਲ ਕਰਨਾ ਹੈ। ਮੁਰਤਜ਼ਾ ਖਾਨ ਪਾਸੋਂ ਚੰਦੂ ਗੁਰੂ ਅਰਜਨ ਸਾਹਿਬ ਨੂੰ ਲੈ ਕੇ ਹਵੇਲੀ ਡਿੱਗਿਆ, ਦੇਗ ਉਬਾਲੀ ਗਈ। ਚਾਕਰਾਂ ਨੂੰ ਕਹਿ ਕੇ ਕਹਿੰਦਾ, ਉਠਾਓ ਗੁਰੂ ਅਰਜਨ ਨੂੰ ਪਾਣੀ ਦੀ ਉਬਲਦੀ ਦੇਗ ਚ ਬਿਠਾ ਦਿਓ, ਇਹਦੀ ਹੋਸ਼ ਟਿਕਾਣੇ ਆ ਜਾਵੇ। ਹੈ ਗੁਰੂ ਅਰਜਨ, ਜੇ ਮੌਤ ਤੋਂ ਬਚਣਾ ਹੈ ਤੇ ਰਸਤਾ ਹੈ ਇਸਲਾਮ ਕਬੂਲ ਕਰੋ, ਦੀਨੇ ਇਸਲਾਮ ਵਿੱਚ ਆ ਜਾਓ, ਮੌਤ ਨਹੀਂ ਆਵੇਗੀ। ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ। ਅਕਾਲ ਪੁਰਖ ਨੇ ਸਿੱਖ ਜਗਤ ਵਿੱਚ ਰੱਖਿਆ ਹੈ ਇਹ ਉਪਾਸ਼ਨਾ, ਸੇਵਾ, ਸਿਮਰਨ ਦਾ ਰਸਤਾ, ਇਹਦੇ ਤੇ ਹੀ ਅਕਾਲ ਖੁਸ਼ ਰਹਿੰਦਾ ਹੈ। ਹੋਰ ਕਰਮ ਕਾਂਡਾਂ ਵਿੱਚ,
ਹੋਰ ਕਲਾਮ ਪੜ੍ਹਨ ਵਿੱਚ ਅਸੀਂ ਨਹੀਂ ਪੈਣਾ, ਅਸੀਂ ਤੇ ਇੱਕ ਅਕਾਲ ਦੀ ਉਸਤਤੀ ਕਰਦੇ ਹਾਂ, ਧਰਮ ਨਹੀਂ ਛੱਡਾਂਗਾ। ਤੇ ਚਾਕਰਾਂ ਨੂੰ ਨਾ ਕਹਿ ਚੰਦੂ, ਤੂੰ ਬਾਪ ਕਰਨ ਲੱਗਾ ਕਿਉਂ ਭਾਗੀਦਾਰ ਬਣਾਉਣਾ, ਮੈਨੂੰ ਕੋਈ ਮੌਤ ਦਾ ਡਰ ਹੈ, ਮੈਂ ਉਬਲਦੀ ਦੇਗ ਵਿੱਚ ਆਪ ਬਵਾਂਗਾ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ, ਕਹਿ ਚਾਕਰ ਸੋ ਦੇਗ ਉਬਾਰੀ, ਪਕਰੋ ਦੇਹੋ ਤਿਸੀ ਮੈਂ ਡਾਰੀ, ਤਬ ਸਤਿਗੁਰ ਉਨ ਤਬ ਸਤਿਗੁਰ ਉੱਠ ਆਪੇ ਗਏ, ਤਬਤ ਨੀਰ ਮਹਿ ਬੈਠਤ ਭਏ। ਮਹਾਰਾਜ ਆਪ ਉੱਠ ਕੇ ਉਬਲਦੀ ਦੇਗ ਵਿੱਚ ਬਹਿ ਗਏ। ਸਰੀਰ ਉਬਲ ਗਿਆ ਆਲੂਆਂ ਵਾਂਗੂ। ਈਨ ਮੰਨੋ ਕਹਿੰਦੇ ਨਹੀਂ, ਚੰਦੂ ਕਹਿੰਦਾ ਤਵੀ ਤਤੀ ਕਰੋ। ਲੱਕੜਾਂ ਤੱਤੀਆਂ, ਤਵੀ ਤੱਤੀ, ਸੀਸ ਵਿੱਚ ਤੱਤਾ ਰੇਤਾ ਪਾਇਆ ਗਿਆ। ਦੀਨੇ ਇਸਲਾਮ ਵਿੱਚ ਆ ਜਾਓ, ਜਾਨ ਬਚ ਸਕਦੀ ਹੈ। ਸਾਰੇ ਹੀ ਤੱਤੇ ਨੇ ਮੁਰਤਜ਼ਾ ਖਾਨ ਚੰਦੂ ਸਮੇਤ, ਜੇ ਕੋਈ ਠੰਡਾ ਹੈ ਤੇ ਖੁਦ ਖੁਦਾ ਗੁਰੂ ਅਰਜਨ ਠੰਡਾ ਹੈ। ਅੱਲਾ ਯਾਰ ਖਾਂ ਮੁਸਲਮਾਨ ਗਵਾਹੀ ਭਰਦਾ, ਮੈਂ ਕੱਲੀ ਸਿੱਖਾਂ ਦੀ ਗੱਲ ਨਾ ਕਰਾਂ, ਕਿਉਂਕਿ ਤਰਕ ਹੋ ਸਕਦਾ ਲੈ ਸਿੱਖ ਆਪਣੇ ਗੁਰੂ ਦੀ ਵਡਿਆਈ ਵਧਾ ਚੜਾ ਕੇ ਕਰਦੇ ਨੇ। ਅੱਲਾ ਯਾਰ ਖਾਂ ਲਿਖਦਾ, ਅਕਬਰ ਵੀ ਪਿਆਦ ਮੇਰੇ ਦਰਬਾਰ ਮੇ ਆਇਆ, ਬਰਕਤ ਨੇ ਮੇਰੀ ਫਤਿਹ ਥਾ ਅਸਾਮ ਕਰਾਇਆ, ਮੈਨੇ ਬੁੱਤੋ ਬੁੱਤਖਾਨਾ ਖੁਦਾਈ ਬੁਲਾਇਆ, ਭਗਵਾਨ ਕਾ ਘਰ ਮੈਨੇ ਹੀ ਮਸਜਿਦ ਥਾ ਬਨਾਇਆ, ਬਾਲੂ ਕੀ ਤਪੀ ਰੇਤ ਮੇਰੇ ਤਨ ਪੇ ਪੜੀ ਥੀ, ਮੈਂ ਵੋ ਹੂੰ ਉਬਲਨੇ ਪੇ ਵੀ ਉਫ ਤੱਕ ਨਾ ਕੀ ਥੀ। ਇਹ ਗੁਰੂ ਅਰਜਨ ਉਹ ਹੈ, ਉਬਲਦੀ ਦੇਗ ਤੱਤੀ ਤਵੀ ਤੱਤੀ ਰੇਤ ਵੀ ਇਹਦੇ ਸੀਸ ਤੇ ਪੈ ਗਈ, ਪਰ ਇਹਦੇ ਗਲੂਏ ਚੋਂ ਉਫ ਨਹੀਂ ਨਿਕਲਿਆ, ਸੀ ਨਹੀਂ ਨਿਕਲਿਆ। ਇਹਨੇ ਨਹੀਂ ਆਖਿਆ ਪਰਮਾਤਮਾ ਨੂੰ ਵੀ ਦਰਦ ਦਾ ਪਿਆਲਾ ਝੱਲਿਆ ਨਹੀਂ ਜਾਂਦਾ, ਪਰਾਂ ਕਰ ਲੈ। ਇੱਥੇ ਹੋਣਗੇ ਪੈਗੰਬਰ, ਹੋਣਗੇ ਖੁਦਾਇਆ ਦੇ ਬੱਚੇ, ਇਹ ਖੁਦਾ ਆਪ ਸੀ। ਇਹਨੂੰ ਰੰਚਕ ਮਾਤਰ ਵੀ ਦਰਦ ਨਹੀਂ, ਆਪਣੇ ਨਿਰਗੁਣ ਸਰੂਪ ਨੂੰ ਕਹਿ ਰਿਹਾ ਸੀ, ਤੇਰਾ ਕੀਆ ਮੀਠਾ ਲੱਗੇ ਹਰਨਾਮ ਪਦਾਰਥ ਨਾਨਕ ਮੰਗੈ। ਤੇ ਹੁਣ ਮੈਨੂੰ ਦੱਸੋ, ਉੱਧਰ ਜਾਣਾ ਜੇ ਜਿੱਥੇ ਦਰਦ ਹੈ, ਕਿ ਉੱਧਰ ਜਾਣਾ ਜੇ ਜਿੱਥੇ ਰੰਚਕ ਮਾਤਰ ਵੀ ਦਰਦ ਨਹੀਂ ਹੈ। ਤੇ ਜਿਹੜਾ ਆਪ ਦਰਦ ਵਿੱਚ ਹੈ, ਹੋ ਸਕਦਾ ਹੈ ਉਹ ਤੁਹਾਡੇ ਸਾਰੇ ਦਰਦ ਨਾ ਮਿਟਾ ਸਕੇ, ਕੁਝ ਤੇ ਮਿਟਾ ਸਕਦਾ ਹੈ, ਰਹਿਬਰ ਹੈ, ਪੈਗੰਬਰ ਹੈ। ਗੁਰੂ ਅਰਜਨ ਉਹ ਹੈ ਜਿਹੜਾ ਰੰਚਕ ਮਾਤਰ ਵੀ ਦਰਦ ਵਿੱਚ ਨਹੀਂ ਹੈ, ਜੇ ਆਪ ਦਰਦ ਵਿੱਚ ਨਹੀਂ ਤੇ ਤੁਹਾਡੇ ਸਾਰੇ ਹੀ ਦੁੱਖ ਦਰਦ ਮਿਟਾ ਸਕਦਾ ਹੈ। ਸੋ ਯਾਦ ਰੱਖਿਓ, ਜਿਹੜਾ ਗੁਰੂ ਅਰਜਨ ਗੁਰੂ ਅਮਰਦਾਸ ਰਾਮਦਾਸ ਨੂੰ ਪਰਸੇਗਾ, ਉਹਦੇ ਦੁੱਖ ਮਿਟਣਗੇ, ਉਹਦੇ ਰੋਗ ਸੋਗ ਮਿਟਣਗੇ, ਤੇ ਤੁਸੀਂ ਅਕਾਲ ਪੁਰਖ ਦੇ ਸਰੂਪ ਬਨ ਮਥੁਰਾ ਕਛ ਭੇਦ ਨਹੀਂ। ਗੁਰ ਅਰਜਨ ਪ੍ਰਤੱਖ ਹਰ ਦੈਟ ਪ੍ਰਿਵੇਡਿੰਗ ਲੋਰਡ ਹੀ ਹਿਮਸੈਲਫ ਇਜ਼ ਕਾਲਡ ਗੁਰੂ ਅਰਜਨ। ਖੁਦਾ ਨੂੰ ਛੱਡ ਕੇ ਇੱਧਰ ਉੱਧਰ ਭਜੇ ਫਿਰਦੇ ਹੋ, ਤੁਹਾਡੀ ਕਿਸਮਤ ਫੁੱਟੀ, ਤੁਹਾਡੀ ਕਿਸਮਤ ਮਾੜੀ, ਤੇ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਕੋਲ ਸਿੱਖੀ ਹੈ। ਤੋ ਯਾਦ ਰੱਖਿਓ, ਸਿੱਖੀ ਵਰਗਾ ਕੋਈ ਧਰਮ ਨਹੀਂ ਹੈ, ਸਿੱਖੀ ਵਰਗਾ ਕੋਈ ਫਲਸਫਾ ਨਹੀਂ ਹੈ। ਤੇ ਨਾਲੇ ਵੀ ਕਹਿ ਦਵਾਂ, ਉਹ ਤੇ ਜੀ ਈਸਾਈ ਤਾਂ ਬਣੇ ਨੇ, ਉਹਨਾਂ ਦੇ ਬੱਚੇ ਫ੍ਰੀ ਪੜ੍ਹਾਏ ਗਏ, ਇਹ ਸਾਰਾ ਟਕਵੰਜ ਹੈ, ਸਾਲ ਦੋ ਸਾਲ ਦੀ ਫੀਸ ਦੇ ਕੇ ਪਖੰਡ ਕਰਦੇ ਨੇ। ਕਿਸੇ ਨੇ ਬਾਤ ਨਹੀਂ ਪੁੱਛਣੀ, ਇੱਥੇ ਸੈਂਕੜੇ ਪਰਿਵਾਰ ਵਾਪਸ ਆ ਰਹੇ ਨੇ ਸਿੱਖੀ ਵਿੱਚ,
ਮੈਂ ਕਿਸੇ ਧਰਮ ਦੇ ਖਿਲਾਫ ਨਹੀਂ। ਪ੍ਰੇਮ ਨਾਲ ਈਸਾਈ ਪ੍ਰਚਾਰ ਕਰਨ, ਕੋਈ ਈਸਾਈ ਬਣਦਾ ਹੈ ਤੇ ਮੁਬਾਰਕ ਹੈ। ਸਿੱਖ ਪ੍ਰਚਾਰ ਕਰਨ, ਹਿੰਦੂ ਪ੍ਰਚਾਰ ਕਰਨ, ਮੁਸਲਮਾਨ ਪ੍ਰਚਾਰ ਕਰਨ, ਕੋਈ ਬਾਤ ਨਹੀਂ, ਹੱਕ ਹੈ ਸਾਰਿਆਂ ਨੂੰ ਪ੍ਰਚਾਰ ਕਰਨ ਦਾ। ਪਰ ਕਿਸੇ ਦੀ ਆਰਥਿਕ ਹਾਲਤ ਦਾ ਫਾਇਦਾ ਉਠਾਉਣਾ, ਖਰੀਦੋ ਫਰੋਖਤ ਕਰਨੀ, ਇਹ ਧਰਮ ਨਹੀਂ ਸਿਖਾਉਂਦਾ। ਤੇ ਜੇ ਕੋਈ ਆਖੇ ਬਾਬਾ ਜੀ ਤੁਸੀਂ ਪੈਸੇ ਦੇ ਦਿਓ ਬੱਚਿਆਂ ਦੀ ਫੀਸ, ਤੂੰ ਫਿਰ ਭੁੱਲ ਗਿਆ ਗੁਰੂ ਨਾਨਕ ਨੇ ਤੈਨੂੰ ਤੂੰ ਮੰਗਤਾ ਬਣ ਬਹਿਨਾ ਹੈ। ਮੇਥੋਂ ਮੰਗੇ ਨਾ ਈਸਾਈਆਂ ਕੋਲੋਂ ਮੰਗੇ, ਤੂੰ ਰਹਿਣਾ ਮੰਗਤਾ ਹੀ ਹੈ। ਪੜ੍ਹ ਦਵਾਂ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਹਾ ਪਛਾਣੇ ਸੇ। ਸਿੱਖ ਹੀ ਉਹ ਹੈ ਪਰਮਾਤਮਾ ਦੇ ਰਸਤੇ ਤੇ ਪਹੁੰਚ ਹੀ ਹੋ ਸਕਦਾ ਹੈ ਜਿਹੜਾ ਮੁਸ਼ਕਤ ਘਾਲਦਾ ਹੈ, ਗਰੀਬ ਗੁਰਬੇ ਨੂੰ ਵੀ ਖਵਾਉਂਦਾ ਹੈ। ਸਿੱਖ ਦਾਨੀ ਹੈ, ਦਸਵੰਧ ਕੱਢਣ ਵਾਲਾ ਹੈ, ਮੰਗਤਾ ਨਹੀਂ। ਤੇ ਜਿਹੜਾ ਮੰਗਤਾ ਹੈ ਉਹ ਸਿੱਖ ਨਹੀਂ। ਕਹਿੰਦੇ ਜੀ ਗਰੀਬੀ ਕਰਕੇ ਡੋਲ ਗਏ। ਉਹ ਬੜਾ ਗਰੀਬ ਸੀ ਭਾਈ ਜੈਤਾ, ਦਿੱਲੀ ਸੀਸ ਲੈ ਗਿਆ ਧੜ ਨਾਲੋਂ ਗੁਰੂ ਤੇਗ ਬਹਾਦਰ ਸਾਹਿਬ ਦਾ, ਕੱਲਾ ਗੱਜਿਆ ਸੀਸ ਲੈ ਕੇ ਭਾਈ ਜੈਤਾ ਆਨੰਦਾਂ ਦੀ ਪੁਰੀ ਆਉਂਦਾ ਹੈ। ਤੇ ਕਲਗੀਧਰ ਮਹਾਰਾਜ ਨੇ ਪੁੱਛਿਆ ਸੀ ਰਸਤੇ ਵਿੱਚ ਕੋਈ ਨੌਬਤ ਆਈ, ਮਹਾਰਾਜ ਤੁਹਾਡੀ ਕਿਰਪਾ, ਨੌਬਤ ਇੱਕ ਨਹੀਂ ਅਨੇਕ ਵਾਰ ਆਈ, ਪਰ ਤੇਰਾ ਸਿਰ ਤੇ ਹੱਥ ਹੈ ਨਾ ਸਤਿਗੁਰ ਮੇਰਾ, ਤਾਣ ਤਾਣਵਾ, ਗੁਰੂ ਇਸ ਪਾਵਰ ਆਫ ਪਾਵਰਲੈਸ, ਤੂੰ ਕਿੱਥੇ ਪਿੱਠ ਲੱਗਣ ਦਿੱਤੀ। ਤੇ ਸਭ ਤੋਂ ਵੱਡੀ ਨੌਬਤ ਇਹ ਆਈ ਸੀ, ਨਾਕਾ ਲੱਗਾ, ਕੁਝ ਗੱਡੇ ਨੇ ਗੱਡਿਆਂ ਤੇ ਪਰਾਲੀ ਲੱਦੀ ਹੈ, ਤੋ ਸਾਰੇ ਸਿਪਾਹੀ ਫੌਜਦਾਰ ਧਿਆਨ ਨਾਲ ਸ਼ਨਾਖਤ ਕਰ ਰਹੇ ਨੇ ਵੀ ਕਿਧਰੇ ਸੀਸ ਮਿਲ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਦਾ। ਨਹੀਂ ਮਿਲਿਆ, ਹੋਕਾ ਦਿੱਤਾ ਮੂੰਹੋਂ ਮੰਗੇ ਇਨਾਮ, ਦੌਲਤਾਂ ਸ਼ੋਹਰਤਾਂ ਵਜ਼ੀਰੀਆਂ ਹੀਰੇ ਜਵਾਹਰਾਤ ਦੇਵਾਂਗੇ, ਸੱਤ ਪੀੜ੍ਹੀਆਂ ਅੱਗ ਲਾਇਆ ਧਨ ਨਹੀਂ ਮੁੱਕੇਗਾ, ਇੰਨਾ ਧਨ ਮਿਲੇਗਾ ਗੁਰੂ ਤੇਗ ਬਹਾਦਰ ਦਾ ਸੀਸ ਜੇ ਕੋਈ ਦੇ ਦੇਵੇ ਤੇ। ਤੇ ਬਾਬੇ ਜੈਤੇ ਨੇ ਸਮਝ ਲਿਆ ਸੀ ਵੀ ਜੇ ਅੱਜ ਵਿਕ ਗਏ ਤੇ ਦੁਨੀਆਂ ਤੇ ਨਾਮ ਨਹੀਂ ਰਹਿਣਾ। ਮੰਨ ਲਓ ਦੌਲਤਾਂ ਸ਼ੋਹਰਤਾਂ ਲੈ ਵੀ ਲਈਆਂ, ਬਿਨ ਸਜਾਏ ਜੋ ਨਿਮਖ ਮੈਂ ਸੁਅਲਪ ਸੁਖ ਭਣੀਏ, ਸਦਾ ਰਹਿਣ ਵਾਲੀਆਂ ਨਹੀਂ। ਇੱਜ਼ਤ ਸਦਾ ਰਹਿੰਦੀ ਹੈ, ਵਡਿਆਈ ਸਦਾ ਰਹਿੰਦੀ ਹੈ, ਸਰੀਰ ਸੁੱਖ ਸਹੂਲਤਾਂ ਨਹੀਂ ਰਹਿੰਦੀਆਂ। ਭਾਈ ਜੈਤਾ ਨਹੀਂ ਡੋਲਿਆ, ਜਾਣਦਾ ਹੈ ਜੇ ਅੱਜ ਨਾ ਡੋਲਿਆ ਤੇ ਰਹਿੰਦੀ ਦੁਨੀਆਂ ਤੱਕ ਜੈ ਜੈਕਾਰ ਹੋਵੇਗੀ। ਨਹੀਂ ਸੀ ਮਾਇਆ ਵਿੱਚ ਡੋਲਿਆ, ਤਾਂ ਹੀ ਬਾਪੂ ਕਲਗੀਧਰ ਨੇ ਛਾਤੀ ਨਾਲ ਲਾ ਕੇ ਆਖਿਆ ਸੀ ਰੰਗਰੇਟਾ ਗੁਰੂ ਕਾ ਬੇਟਾ। ਲੋਕ ਕਹਿੰਦੇ ਸੀ ਭਾਈ ਜੈਤਿਆ ਤੇਰੀ ਜਾਤ ਨੀਵੀਂ, ਕਲਗੀਧਰ ਸੋਢੀ ਹੈ ਛਤਰੀ ਹੈ, ਤੇ ਤੂੰ ਚਰਨਾਂ ਦੀ ਖਾਕ ਹੀ ਰਹਿਣਾ ਹੈ। ਤੇ ਬਾਪੂ ਨੇ ਚੁੱਕ ਕੇ ਛਾਤੀ ਨਾਲ ਲਾ ਲਿਆ ਸੀ, ਇਹ ਤੇ ਮੇਰਾ ਫਰਜ਼ੰਦ ਹੈ, ਗੁਰੂ ਕਾ ਬੇਟਾ ਹੈ। ਜਿਹੜੇ ਵਿਕ ਜਾਂਦੇ ਨੇ ਉਹਨਾਂ ਨੂੰ ਇਹ ਅਦਬ ਨਹੀਂ ਮਿਲਦਾ, ਉਹਨਾਂ ਦੇ ਦਿਹਾੜੇ ਨਹੀਂ ਮਨਾਏ ਜਾਂਦੇ। ਜਿਹੜਾ ਅੱਜ ਚੌਵਾਂ ਟਕਿਆਂ ਤੇ ਵਿਕਿਆ, ਕੱਲ ਨੂੰ ਇੱਧਰੋਂ ਅੱਠ ਟਕੇ ਮਿਲ ਗਏ ਨੇ, ਉੱਧਰ ਨੂੰ ਦੌੜ ਜਾਣਾ, ਇਹ ਕੋਈ ਧਰਮੀ ਥੋੜ੍ਹੀ ਹੈ। ਤੋ ਯਾਦ ਰੱਖਿਓ, ਮਾਇਆ ਦੀ ਲੋੜ ਹੈ, ਦੁੱਖ ਨੇ ਤਕਲੀਫਾਂ ਨੇ, ਇੱਕੋ ਹੀ ਦਾਤਾ ਹੈ ਗੁਰੂ ਨਾਨਕ ਗੁਰੂ ਗ੍ਰੰਥ, ਉਹਦੇ ਅੱਗੇ ਝੋਲੀ ਅੱਡਿਆ ਕਰ। ਲੋਕਾਂ ਅੱਗੇ ਝੋਲੀ ਅੱਡੇਗਾ ਤੇ ਰੋਜ਼ ਮੰਗੇਗਾ ਮਗਤਾ ਬਣੇਗਾ, ਗੁਰੂ ਅੱਗੇ ਝੋਲੀ ਅੱਡੇਗਾ ਤੇ ਦਾਤਾ ਬਣ ਜਾਵੇਗਾ।
ਖੰਡੇ ਦੀ ਪੌਲ ਛਾ ਕੇ ਗੁਰੂ ਵਾਲੇ ਬਣੋ, ਇਧਰੋਂ ਉਧਰੋਂ ਕੁਝ ਨਹੀਂ ਜੇ ਮਿਲਣਾ। ਤੇ ਜਿੰਨੀਆਂ ਗੱਲਾਂ ਮੈਂ ਬਾਈਬਲ ਦੀਆਂ ਸੁਣਾਈਆਂ ਹੈ, ਕੋਈ ਪਾਦਰੀ ਆ ਕੇ ਸਾਹਮਣੇ ਬਹਿ ਜਾਵੇ, ਸਾਬਤ ਕਰ ਦੇਵੇ ਵੀ ਮੈਂ ਇੱਕ ਵੀ ਝੂਠ ਮਾਰਿਆ ਹੈ, ਆਪਣਾ ਮੈਂ ਕੁਝ ਸੁਣਾਇਆ ਨਹੀਂ, ਤਰਕ ਮੈਂ ਕਿਸੇ ਧਰਮ ਤੇ ਕਰਦਾ ਨਹੀਂ, ਜੋ ਲਿਖਿਆ ਹੈ ਉਹੀ ਤੁਹਾਨੂੰ ਸੁਣਾਇਆ ਹੈ। ਗੁਰੂ ਅਰਜਨ ਖੁਦਾਇਆ ਹੈ, ਆ ਗੁਰੂ ਅਮਰਦਾਸ ਦੀ ਤਾਕਤ ਦੱਸਾਂ। ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸ ਹੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾ ਸਹਿ, ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕੈ। ਮਹਾਰਾਜ ਦੁੱਖ ਤਕਲੀਫਾਂ 84 ਲੱਖ ਜੂਨਾਂ ਇਹ ਗੁਰੂ ਅਮਰਦਾਸ ਕੱਟ ਦਿੰਦਾ ਹੈ, ਗੋਇੰਦਵਾਲ ਇਹ ਤਾਕਤ ਹੈ। ਕਹਿੰਦੇ ਆ ਗੁਰੂ ਅਮਰਦਾਸ ਦੇ ਦਰ ਉੱਤੇ ਸਾਰੇ ਪਾਪ ਮਿਟਣਗੇ, ਬੜੇ ਬੜੇ ਸਿੱਧ ਸਿੱਧੀਆਂ ਕਰਾਮਾਤਾਂ ਹਾਸਲ, ਜੀਵਨ ਰੂਪੀ ਬਾਜੀ ਜਿੱਤ ਕੇ ਜਾਵੇਗਾ। ਗੁਰ ਅਮਰਦਾਸ ਪਰਸੀਐ ਅਪਾਉ ਲੱਭੈ ਗਉ ਚੁੱਕ ਹੈ, ਗਉਣ ਆਉਣਾ ਜਾਣਾ ਉਹਦਾ ਮਿਟ ਜਾਵੇਗਾ, ਰੋਗ ਸੋਗ ਉਹਦੇ ਮਿਟ ਜਾਣਗੇ। ਇੱਕ ਬਿਨ ਦੁੱਗਣ ਜੋ ਤੌਰ ਹੈ, ਜਾ ਸੁਮੰਤਰ ਮਾਨ ਵਹਿ ਲਹਿ ਜਾਲ ਪਾ ਪਦਾਰਥ, ਇਤੜੇ ਗੁਰ ਅਮਰਦਾਸ ਡਿੱਠੈ ਮਿਲ ਹੈ। ਇੰਨਾ ਕੁਝ ਮਿਲਦਾ ਹੈ ਗੁਰੂ ਅਮਰਦਾਸ ਕੋਲੋਂ, ਕਦੇ ਚਰਨ ਪਰਸ ਕੇ ਵੇਖੋ। ਤੇ ਜਿਹੜੇ ਆਂਦੇ ਦੇ ਗੋਇੰਦਵਾਲ ਬੌਲੀ ਸਾਹਿਬ ਇਸ਼ਨਾਨ ਕਰਕੇ ਕਿੱਦਾਂ 84 ਕੱਟੀ ਜਾਂਦੀ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਰੋਗ ਸੋਗ 84 ਕੱਟ ਦਿੰਦਾ ਹੈ ਬਾਪੂ ਗੁਰੂ ਅਮਰਦਾਸ। ਤੁਸੀਂ ਵਿਚਾਰਧਾਰਾ ਵੀ ਤੇ ਗੁਰੂ ਦੀ ਮੰਨਣੀ ਹੈ ਨਾ। ਨਿੰਦਕ ਇੱਥੇ ਲੱਖ ਪੂਛਾਂ ਚੁੱਕੀ ਫਿਰਨ, ਨਹੀਂ ਜੀ ਏਦਾਂ ਨਹੀਂ ਹੁੰਦਾ, ਮੁਕਤੀ ਨਹੀਂ ਮਿਲਦੀ, ਨਹੀਂ ਜੀ ਹਰਿਮੰਦਰ ਸਾਹਿਬ ਰੋਗ ਸੋਗ ਨਹੀਂ ਮਿਟਦੇ। ਬਾਣੀ ਕਹਿੰਦੀ ਹੈ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਆ, ਰੋਗ ਸੋਗ ਮਿਟਾਉਣ ਵਾਲੀ ਗੁਰੂ ਦੀ ਨਜ਼ਰ ਹੈ, ਜਦੋਂ ਪੈ ਗਈ ਸਭ ਚਿੰਤਾਵਾਂ ਦੁੱਖ ਮਿਟ ਜਾਣੇ ਨੇ। ਮੰਨਣੀ ਕਿਹਦੀ ਹੈ? ਵਾਹੋ ਵਾਹੋ ਬਾਣੀ, ਨਿਰੰਕਾਰ ਹੈ ਤਿਸ ਜੇ ਵੱਡੇ ਅਵਰ ਨਾ ਕੋਏ। ਬਾਣੀ ਇਹ ਗੱਲ ਕਹਿੰਦੀ ਹੈ ਤੇ ਮੰਨਣੀ ਹੈ। ਦੇਖੋ ਖੇੜੀ ਕੁਝ ਐਸੀ ਹੈ, ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ, ਹੁਕਮ ਚ ਹੀ ਚੱਲਣਾ ਪੈਂਦਾ ਹੈ, ਜਿੱਥੇ ਦਾਣਾ ਪਾਣੀ ਖਿਲ ਰਿਹਾ ਸਾਨੂੰ ਜਾਣਾ ਪੈਂਦਾ ਚੁਗਣ, ਪਰਦੇਸ਼ ਵੀ ਜਾਂਦੇ ਹੈ, ਦੇਸ਼ ਵੀ ਰਹਿੰਦੇ ਹੈ, ਕਿਸਮਤ ਲੈ ਜਾਂਦੀ ਹੈ। ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ ਹੈ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਓ ਹੋਵਣਾ, ਜਹ ਜਹ ਰੱਖੇ ਆਪ ਤਹਿ ਜਾਏ ਖੜੋਵਣਾ, ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ ਹੈ। ਜਦੋਂ ਹਵਾ ਆਵੇ ਤੇ ਸੁੱਕੇ ਪੱਤੇ ਉੱਡ ਕੇ ਕਦੇ ਇੱਧਰ ਕਦੇ ਉੱਧਰ, ਕਿਸਮਤ ਇੱਦਾਂ ਲੈ ਜਾਂਦੀ ਹੈ। ਲੋਕ ਧੰਨ ਧੰਨ ਕਰਦੇ ਨੇ, ਗੁਰੂ ਰਾਮਦਾਸ ਦੀ ਜੈ ਜੈਕਾਰ ਕਰਦੇ ਨੇ, ਹੇਲ ਟੂ ਦਾ ਗੁਰੂ ਜੈ ਜੈਕਾਰ ਕਰ ਰਹੇ ਨੇ ਸਾਰੇ ਉਹਦੀ। ਤੇ ਜਿਹੜੇ ਮੂਰਖ ਕਹਿੰਦੇ ਸਿੱਖੀ 'ਚ ਕਰਾਮਾਤ ਨਹੀਂ ਹੈ, ਉਹਨਾਂ ਦੀ ਵਿਚਾਰਧਾਰਾ ਤੇ ਤਮਾਚਾ ਇਹ ਪੰਗਤੀ। ਅਕਾਲ ਪੁਰਖ ਨੇ ਸੋਹਣਾ ਸਰੀਰ ਬਣਾ ਕੇ ਬਾਬੇ ਜੇਠੇ ਦਾ ਧਾਰਿਆ ਹੈ, ਤੇ ਸਾਡੇ ਸਰੀਰਾਂ ਵਾਂਗੂ ਨਹੀਂ ਉਹਨੂੰ ਧਾਰਿਆ, ਪੂਰੀ ਹੋਈ ਕਰਾਮਾਤ ਵਿਦ ਆਲ ਦਾ ਮਿਰੈਕੁਲਸ ਪਾਵਰ ਦੈਟ ਪ੍ਰੀਵੇਡਿੰਗ ਲਾਰਡ ਹੀ ਕਮਸ ਇਨ ਟੂ ਦਿਸ ਵਰਲਡ ਇਨ ਦੀ ਫੋਰਮ ਆਫ ਗੁਰੂ ਰਾਮਦਾਸ। ਗੁਰੂ ਰਾਮਦਾਸ ਬਣ ਕੇ ਉਹ ਪ੍ਰਗਟ ਹੈ। ਸਿੱਖ ਪਤਾ ਕਿਵੇਂ ਅਦਬ ਦਿੰਦੇ ਨੇ? ਸਿੱਖੀ ਅਤੇ ਸੰਗਤੀ
ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਉਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ, ਧਨ ਸੋ ਤੇਰਾ ਥਾਨ ਹੈ ਸਚ ਤੇਰਾ ਪੈਸ ਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿਠਾ ਤਾ ਮਨ ਸਾਧਾਰਿਆ। ਸੰਗਤ ਨੇ ਪਰਮੇਸ਼ਰ ਸਮਝਿਆ ਹੈ ਗੁਰੂ ਰਾਮਦਾਸ ਨੂੰ, ਤੇ ਜਿਨ੍ਹਾਂ ਸਮਝਿਆ ਪਾਰ ਉਹਨਾਂ ਨੂੰ ਹੀ ਕੀਤਾ ਸੰਸਾਰ ਸਾਗਰ ਤੋਂ। ਜਿਹੜਾ ਮਨ ਕਾਬੂ ਨਹੀਂ ਆਉਂਦਾ ਗੁਰੂ ਰਾਮਦਾਸ ਦਾ ਨਾਮ ਲੈ ਕੇ ਸਾਧਾਰਿਆ, ਸ਼ੁੱਧ ਹੋ ਗਿਆ, ਸਾਫ ਹੋ ਗਿਆ, ਸ਼ੁੱਧਤਾ ਆ ਗਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟ ਗਏ। ਆਓ ਗੁਰੂ ਰਾਮਦਾਸ ਦੇ ਦਰ ਦੇ ਝਾੜੂ ਬਰਦਾਰ ਬਣੀਏ, ਫਿਰ ਹੀ ਜੀਵਨ ਸਫਲਾ ਹੈ, ਫਿਰ ਹੀ ਰੋਗ ਸੋਗ ਮਿਟਣੇ ਨੇ। ਸਿੱਖੀ ਵਰਗਾ ਕੋਈ ਧਰਮ ਨਹੀਂ, ਇੱਧਰ ਉੱਧਰ ਭਟਕਣਾ ਛੱਡ ਕੇ ਖੁਦ ਖੁਦਾ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੋ, ਖੰਡੇ ਦੀ ਪੌਲ ਛਕੋ। ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ ਭੁੱਲ ਚੁੱਕ ਦੀ ਖਿਮਾ, ਖੰਡੇ ਦੀ ਪੌਲ ਅਭਿਲਾਖੀ ਲੋਕ ਛਕਿਆ ਕਰੋ, ਧੱਕੇ ਨਾ ਨਹੀਂ ਛਕਾਉਣੀ ਕਿਸੇ ਨੂੰ, ਇਹ ਛਬੀਲ ਦਾ ਜਲ ਨਹੀਂ ਹੈ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਵੈਸੇ ਤੇ ਕੋਈ ਵੀ ਦੀਵਾਨ ਜਦੋਂ ਲਾਈਦਾ ਹੈ, ਮਹੀਨੇ ਚੋਂ ਜੇ 27-28 ਦੀਵਾਨ ਵੀ ਹੋਣ, ਤਾਂ ਤਕਰੀਬਨ ਹਰ ਦੀਵਾਨ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ। ਕਿਤੇ 50 ਪ੍ਰਾਣੀ, ਕਿਤੇ 100 ਪ੍ਰਾਣੀ ਅੰਮ੍ਰਿਤ ਛਕਦੇ ਨੇ। 10 ਸਾਲ ਹੋ ਗਏ ਦਾਸ ਨੂੰ ਇਹ ਪ੍ਰਚਾਰ ਪ੍ਰਸਾਰ ਕਰਦੇ, ਆਦਿ ਬਾਣੀ, ਦਸਮ ਬਾਣੀ, ਇਤਿਹਾਸ ਦੀ ਬਾਣੀ, ਖੰਡੇ ਦੀ ਪੌਲ ਦੀ ਵਰਖਾ। ਪਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਹੁੰਦਾ, ਕਥਾ ਕੀਰਤਨ ਸੁਣ ਕੇ ਅਭਿਲਾਖਾ ਪੈਦਾ ਕਰੋ। ਜਦੋਂ ਇੱਛਾ ਪੈਦਾ ਹੋਈ ਅੰਮ੍ਰਿਤ ਦੀ, ਛਕੋਗੇ ਨਾ ਉਹ ਨਿਭੇਗਾ, ਤੇ ਜੇ ਇੱਛਾ ਨਹੀਂ ਤਕੋ ਜ਼ੋਰੀ ਕਿਸੇ ਨੇ ਛਕਾ ਦਿੱਤਾ, ਅੰਮ੍ਰਿਤ ਤੇ ਅੰਦਰ ਹੀ ਰਹਿਣਾ ਹੈ, ਪਰ ਤੇਥੋਂ ਮਰਿਆਦਾ ਨਹੀਂ ਨਿਭਾਈ ਜਾਣੀ। ਸੋ ਇਹ ਮੇਰੀ ਬੇਨਤੀ ਹੈ, ਸਿੱਖ ਦੀ ਜਿਹੜੀ ਅਗੰਮੀ ਹਸਤੀ ਹੈ ਬੁਲੰਦ ਰਵੇ, ਫੁਲਵਾੜੀ ਸਿੱਖੀ ਦੀ ਪ੍ਰਫੁੱਲਤ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।